ਨਮਸਕਾਰ ਪ੍ਰੋਗਰਾਮ ਤਾਰੇ ਆਖਦੇ ਨੇ ਵੇਖ ਰਹੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਏਸ਼ੀਅਨ ਕਲੱਬ ਦੇ ਜਿਹੜੇ ਪੈਟਰਨ ਨੇ ਪਰਮਪ੍ਰੀਤ ਚੌਹਾਨ ਜੀ ਜਿਹੜੇ ਆਸਟ੍ਰੇਲੀਆ ਦੇ ਵਿੱਚ ਨੇ ਅਤੇ ਨਾਲ ਨਾਲ ਰਵੀ ਜੱਸਲ ਜੀ ਜਿਹੜੇ ਕੈਨੇਡਾ ਦੇ ਵਿੱਚ ਨੇ ਅਤੇ ਰਾਜ ਖੁਰਾਨਾ ਜੀ ਜਿਹੜੇ ਲੁਧਿਆਣਾ ਦੇ ਵਿੱਚ ਹੀ ਨੇ। ਇਹਨਾਂ ਤਿੰਨਾਂ ਨੇ ਇਸ ਬੱਚੀ ਜਿਹਦੀ ਤੁਸੀਂ ਪਿਕਚਰਸ ਦੇਖੀਆਂ ਇਹਦੇ ਲਈ ਸਟੱਡੀ ਦੇ ਲਈ ਇਹਨੂੰ ਤੋਹਫਾ ਭੇਜਿਆ, ਇਹਦੀ ਸਟੱਡੀ ਦੇ ਲਈ ਮਦਦ ਕੀਤੀ ਕਿਉਂਕਿ ਇਹ ਬੱਚੀ ਪੜ੍ਹਨਾ ਚਾਹੁੰਦੀ ਸੀਗੀ। ਸੋ ਜਿਹੜੇ ਵੀ ਹੋਰ ਬੱਚੇ ਪੜ੍ਹਨਾ ਚਾਹੁੰਦੇ ਆ ਲੇਕਿਨ ਅਫੋਰਡ ਨਹੀਂ ਕਰ ਸਕਦੇ, ਅਸੀਂ ਤੁਹਾਨੂੰ ਸਾਰਿਆਂ ਨੂੰ ਇਹੀ ਅਪੀਲ ਕਰਾਂਗੇ ਫੋਟੋਜ਼ ਦੇ ਨਾਤੇ ਕਿ ਤੁਸੀਂ ਜਿਹੜੇ ਵੀ ਬੱਚੇ ਪੜ੍ਹਨਾ ਚਾਹੁੰਦੇ ਉਹਨਾਂ ਦੀ ਮਦਦ ਜ਼ਰੂਰ ਕਰੋ। ਇਹਦੇ ਨਾਲ ਤੁਹਾਡੇ ਸਟਾਰਸ ਬਹੁਤ ਵਧੀਆ ਹੋਣਗੇ ਕਿਉਂਕਿ ਵਿੱਦਿਆ ਦਾ ਦਾਨ ਵੀ ਬਹੁਤ ਵੱਡਾ ਅਤੇ ਮਹਾਨ ਦਾਨ ਮੰਨਿਆ ਜਾਂਦਾ ਹੈ। ਲਾਲ ਕਿਤਾਬ ਦੇ ਵਿੱਚ ਸ਼ਨੀ ਦਾ ਵਿਸ਼ਾ ਹੈ ਅੱਜ। ਸੋ ਲਾਲ ਕਿਤਾਬ ਦੇ ਵਿੱਚ ਸ਼ਨੀ ਨੂੰ ਜਿਹੜਾ ਦ੍ਰਿਸ਼ਟੀ ਦਾ ਕਾਰਕ ਮੰਨਿਆ ਗਿਆ ਹੈ, ਸੋ ਇਹ ਜਿਹੜਾ ਹੈ ਮਾਨਤਾ ਜੋਤਿਸ਼ ਦੀ ਪਰੰਪਰਾਗਤ ਧਾਰਨਾ ਦੇ ਨਾਲ ਸੰਬੰਧਿਤ ਬਹੁਤ ਜ਼ਿਆਦਾ ਅਲੱਗ ਮੰਨੀ ਜਾਂਦੀ ਹੈ ਲੇਕਿਨ ਬਹੁਤ ਤਰੀਕੇ ਨਾਲ ਜਿਹੜੀ ਸਹੀ ਵੀ ਹੈ ਕਿਉਂਕਿ ਦ੍ਰਿਸ਼ਟੀ ਦਾ ਪ੍ਰਯੋਜਨ ਵਿਅਕਤੀ ਦੀ ਬਾਹਰੀ ਆਕ੍ਰਿਤੀ ਅਤੇ ਉਹਦੇ ਰੰਗ ਰੂਪ ਨੂੰ ਦੇਖਣ ਤੱਕ ਹੀ ਸੀਮਿਤ ਨਹੀਂ ਹੈ ਬਲਕਿ ਕੁਝ ਹੋਰ ਵੀ ਹੈ ਜਿਹਦੇ ਨਾਲ ਜਿਹੜਾ ਹੈ ਉਹ ਵਿਅਕਤੀ ਦੇ ਅੰਤਰ ਮਨ ਦੇ ਵਿੱਚ ਬੈਠ ਕੇ ਉਹਦੇ ਗੁਣ ਦੋਸ਼ਾਂ ਦਾ ਆਕਲਨ ਕਰਦਾ, ਉਹਦੇ ਭਲੇ ਬੁਰੇ ਦੇ ਬਾਰੇ ਜਾਣਦਾ ਹੈ। ਸੋ ਸ਼ਨੀ ਦੇ ਸੰਦਰਭ ਦੇ ਵਿੱਚ ਲਾਲ ਕਿਤਾਬ ਦੇ ਕਿਤਾਬਕਾਰ ਨੇ ਦ੍ਰਿਸ਼ਟੀ ਸ਼ਬਦ ਦਾ ਪ੍ਰਯੋਗ ਜਿਹੜਾ ਇਸੇ ਅਰਥ ਦੇ ਵਿੱਚ ਹੀ ਕੀਤਾ ਹੈ। ਸੋ ਸ਼ਨੀ ਜਿਹੜਾ ਹੈ ਜਾਤਕ ਨੂੰ ਭਲੇ ਬੁਰੇ ਕਰਮਾਂ ਦੇ ਵਿੱਚ ਤੋਲ ਕੇ ਉਹਦੇ ਮੁਤਾਬਿਕ ਹੀ ਫਲ ਵੀ ਦਿੰਦੇ ਨੇ। ਸੋ ਕੀ ਇਹ ਕਾਰਿਆ ਜਿਹੜਾ ਹੈ ਭੇਦਕ ਦ੍ਰਿਸ਼ਟੀ ਤੋਂ ਬਿਨਾਂ ਸੰਭਵ ਹੈ? ਉਸ ਦ੍ਰਿਸ਼ਟੀ ਨਾਲ ਦੇਖੀਏ ਤਾਂ ਲਾਲ ਕਿਤਾਬਕਾਰ ਦੀ ਜਿਹੜੀ ਹੈ ਉਦਭਾਵਨਾ ਬਿਲਕੁਲ ਮੌਲਿਕ ਨਹੀਂ ਹੈਗੀ ਬਲਕਿ ਇੱਕ ਬਹੁਤ ਗੂੜਾ ਅਤੇ ਗਹਿਰਾ ਰਹੱਸਯ ਵੀ ਹੈਗਾ। ਸ਼ਨੀ ਜਿਹੜਾ ਦੁਸ਼ਟ ਗ੍ਰਹਿ ਨਹੀਂ ਹੈਗਾ, ਸੋ ਉਹਦੇ ਲਈ ਜਿਹੜਾ ਹੈ ਦੁਸ਼ ਸ਼ਬਦ ਦਾ ਪ੍ਰਯੋਗ ਕਰਨਾ ਵੀ ਇੱਕ ਮਹਾਤਮਾ ਦੀ ਅਵਮਾਨਨਾ ਕਰਨੀ ਹੈ। ਵਾਸਤਵ ਦੇ ਵਿੱਚ ਸ਼ਨੀ ਦੇ ਸੁਭਾਅ ਦੇ ਦੋ ਪੱਖ ਹੈਗੇ ਆ, ਇੱਕ ਤਾਂ ਉਹ ਕਿ ਮੋਕਸ਼ ਕਾਮੀ ਹੈ ਫਿਰ ਤਿਆਗੀ ਹੈ ਤਪਸਵੀ ਹੈ ਅਤੇ ਦੂਜੇ ਪਾਸੇ ਜਾਤਕ ਦੇ ਸ਼ੁਭ ਅਸ਼ੁਭ ਕਾਰਿਆਂ ਦਾ ਫਲ ਦੇਣ ਵਾਲੇ ਸ਼ਨੀ ਗ੍ਰਹਿ ਨੇ। ਸੋ ਭਲੇ ਬੁਰੇ ਦੇ ਭੇਦ ਤੋਂ ਜਿਹੜਾ ਹੈ ਕਰਮਾਂ ਦੇ ਫਲ ਕੋਮਲ ਵੀ ਹੁੰਦੇ ਆ ਕਠੋਰ ਵੀ ਹੁੰਦੇ ਆ, ਇਸ ਲਈ ਸ਼ਨੀ ਦੀ ਪ੍ਰਕਿਰਤੀ ਦੇ ਵਿੱਚ ਕੋਮਲਤਾ ਵੀ ਹੈ ਅਤੇ ਕਠੋਰਤਾ ਵੀ ਹੈ। ਲਾਲ ਕਿਤਾਬ ਦੇ ਮੁਤਾਬਿਕ ਸ਼ਨੀ ਦੀ ਕੋਮਲਤਾ ਦੇ ਲਈ ਜਿਹੜਾ ਹੈ ਸ਼ਨੀ ਨੂੰ ਮੰਨਿਆ ਜਾਂਦਾ ਹੈ ਅਤੇ ਕਠੋਰਤਾ ਦੇ ਲਈ ਅਸੀਂ ਰਾਹੂ ਨੂੰ ਮੰਨਦੇ ਹਾਂ। ਲਾਲ ਕਿਤਾਬ ਦੇ ਵਿੱਚ ਸ਼ਨੀ ਨੂੰ ਇੱਕ ਵਿਸ਼ਾਲ ਸੱਪ ਮੰਨਿਆ ਗਿਆ ਜਿਹਦਾ ਸਿਰ ਰਾਹੂ ਹੈਗਾ ਅਤੇ ਪੂੰਛ ਕੇਤੂ ਹੈਗਾ। ਸੋ ਇਸੇ ਦੇ ਮਾਧਿਅਮ ਦੇ ਨਾਲ ਸ਼ਨੀ ਜਿਹੜਾ ਸ਼ੁਭ ਅਸ਼ੁਭ ਫਲ ਜਿਹੜਾ ਹੈ ਇਨਸਾਨ ਦੇ ਵੱਖ ਵੱਖ ਭਾਵਾਂ ਦੇ ਵਿੱਚ ਪਹੁੰਚਾਉਂਦਾ ਹੈ 1, 2, 3 ਦੇ ਕ੍ਰਮ ਦੇ ਮੁਤਾਬਿਕ। ਕੇਤੂ ਜੇ ਸ਼ਨੀ ਤੋਂ ਪਹਿਲੇ ਭਾਵਾਂ ਦੇ ਵਿੱਚ ਹੋਵੇ ਤਾਂ ਸ਼ਨੀ ਸ਼ੁਭ ਫਲ ਦਿੰਦਾ ਹੈ ਅਤੇ ਹਮੇਸ਼ਾ ਹੀ ਜਾਤਕ ਦੀ ਸਹਾਇਤਾ ਕਰਦਾ ਹੈ। ਕੇਤੂ ਜੇ ਸ਼ਨੀ ਤੋਂ ਜਿਹੜਾ ਹੈ 6ਵੇਂ ਭਾਵ ਦੇ ਵਿੱਚ ਹੋਵੇ ਤਾਂ ਸ਼ਨੀ ਹਮੇਸ਼ਾ ਹੀ ਜ਼ਹਿਰੀਲਾ ਫਲ ਦਿੰਦਾ ਹੈ। ਸੋ ਸ਼ਨੀ ਜੇ ਸ਼ੁਭ ਦਾ ਹੋ ਕੇ 2, 5, 9, 12 ਭਾਵਾਂ ਦੇ ਵਿੱਚ ਸਥਿਤ ਹੋਵੇ ਤਾਂ ਕਦੀ ਵੀ ਮਾੜਾ ਫਲ ਨਹੀਂ ਦਿੰਦਾ। ਜੇ ਸਰੀਰ 'ਤੇ ਕਿਤੇ ਵੀ ਅੱਧੇ ਪੱਕੇ ਹੋਏ ਫੋੜੇ ਹੋਣ ਤਾਂ ਲਸਣ ਦੀ ਪੇਸਟ ਬਣਾ ਕੇ ਅੱਧੇ ਪੱਕੇ ਹੋਏ ਫੋੜਿਆਂ ਦੇ ਉੱਤੇ ਲਗਾ ਦਿਓ, ਬਹੁਤ ਜਲਦੀ ਪੱਕ ਕੇ ਫੁੱਟ ਜਾਣਗੇ ਅਤੇ ਠੀਕ ਹੋ ਜਾਣਗੇ। ਜੇ ਘਰ ਦੀਆਂ ਖਿੜਕੀਆਂ ਸਵੇਰ ਦੇ ਸਮੇਂ ਅਸੀਂ ਬੰਦ ਰੱਖਦੇ ਹਾਂ ਤਾਂ ਘਰ ਦੇ ਮੁਖੀਆ ਦੇ ਬੱਚਿਆਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇੱਦਾਂ ਹੀ ਘਰ ਦੇ ਸਾਹਮਣੇ ਵਾਲਾ ਜਿਹੜਾ ਵਿਹੜਾ ਹੈਗਾ ਉਹਦੇ ਵਿੱਚ ਹੀ ਫੁੱਲਾਂ ਦੇ ਪੌਦੇ ਲਗਾਉਣੇ ਚਾਹੀਦੇ, ਪਿੱਛੇ ਵਾਲੇ ਵਿਹੜੇ 'ਚ ਬਿਲਕੁਲ ਨਹੀਂ ਲਗਾਉਣੇ ਚਾਹੀਦੇ। ਜੇ ਘਰ ਦੇ ਪਿੱਛੇ ਵਾਲੇ ਵਿਹੜੇ ਦੇ ਵਿੱਚ ਫੁੱਲਾਂ ਦੇ ਪੌਦੇ ਲਗਾਉਂਦੇ ਹਾਂ ਤਾਂ ਇਹਦੇ ਨਾਲ ਵਿਅਕਤੀ ਦੀ ਮਾਨਸਿਕ ਸਥਿਤੀ ਕਮਜ਼ੋਰ ਹੋ ਜਾਂਦੀ ਹੈ ਅਤੇ ਸਮਾਜ ਦੇ ਵਿੱਚ ਵੀ ਨੀਚ ਅਤੇ ਮਤਲਬੀ ਲੋਕਾਂ ਦੇ ਨਾਲ ਹੀ ਉਹਦੇ ਸੰਬੰਧ ਜਿਹੜੇ ਹੋਣੇ ਦਰਸਾਉਂਦਾ ਹੈ। ਸੋ ਕਹਿਣ ਦਾ ਭਾਵ ਇਹ ਕਿ ਵਾਸਤੂ ਬਹੁਤ ਇੰਪੋਰਟੈਂਟ ਹੈ, ਘਰ ਦਾ ਵਾਸਤੂ ਬਹੁਤ ਠੀਕ ਕਰਾਓ ਅਤੇ ਜੇ ਕੋਈ ਵਾਸਤੂ ਦੀਆਂ ਕੋਈ ਵੀ ਪ੍ਰੋਬਲਮਸ ਆ ਰਹੀਆਂ ਤਾਂ ਸਾਨੂੰ ਤੁਸੀਂ ਨਕਸ਼ਾ ਵੀ ਦਿਖਾ ਸਕਦੇ ਹੋ, ਸਾਡਾ ਵਾਸਤੂ ਵਿਜ਼ਿਟ ਵੀ ਕਰਵਾ ਸਕਦੇ ਹੋ ਅਤੇ ਉਸ ਤੋਂ ਬਾਅਦ ਨਿਸ਼ਚਿਤ ਰੂਪ ਦੇ ਵਿੱਚ ਤੁਹਾਡੇ ਸਤਾਰੇ ਜਿਹੜੇ ਠੀਕ ਹੋ ਸਕਦੇ ਆ ਜੀ। ਅਸੀਂ ਏਕ ਜੋਤ ਵਿਕਲਾਂਗ ਬੱਚਿਆਂ ਦਾ ਸਕੂਲ ਚਲਾ ਰਹੇ ਹਾਂ ਜਿਸ ਦੇ ਵਿੱਚ ਜੋਤਸ਼ੀ ਸੁਖਮਿੰਦਰ ਜੀ ਬੱਚਿਆਂ ਦੀ ਬਹੁਤ ਜ਼ਿਆਦਾ ਸਪੋਰਟ ਕਰਦੇ ਹਨ। ਜੋਤਸ਼ੀ ਸੁਖਮਿੰਦਰ ਜੀ ਨੇ ਬੱਚਿਆਂ ਨੂੰ ਤੰਦਰੁਸਤ ਹੋਣ ਦੇ ਵਾਸਤੇ ਬਹੁਤ ਸਾਰੇ ਟੋਟਕੇ ਅਤੇ ਉਪਾਏ ਦੱਸੇ ਜੋ ਉਹਨਾਂ ਦੇ ਪੇਰੈਂਟਸ ਨੇ ਉਹ ਉਪਾਏ ਕੀਤੇ ਅਤੇ ਬੱਚੇ ਜਿਹੜੇ ਮੈਂਟਲੀ ਡਿਸਟਰਬ ਸੀਗੇ, ਫਿਜ਼ੀਕਲੀ ਚੈਲੇਂਜ ਸੀਗੇ, ਉਹਨਾਂ ਬੱਚਿਆਂ ਨੂੰ ਉਹਨਾਂ ਉਪਾਇਆਂ ਦੇ ਨਾਲ ਬਹੁਤ ਸਾਰਾ ਰਿਲੀਫ ਮਿਲਿਆ। ਉਹਨਾਂ ਜਿਹੜੇ ਗ੍ਰਹਿ ਸੀ ਉਹ ਠੀਕ ਹੋਏ ਹਨ ਅਤੇ ਅਸੀਂ ਜੋਤਸ਼ੀ ਸੁਖਮਿੰਦਰ ਜੀ ਦਾ ਇਸ ਵਾਸਤੇ ਬਹੁਤ ਬਹੁਤ ਥੈਂਕਸ ਕਰਦੇ ਹਾਂ। ਮੈਂ ਆਪ ਜੀ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਆਪ ਜੀ ਵੀ ਜੋ ਜੋਤਸ਼ੀ ਸੁਖਮਿੰਦਰ ਜੀ ਕੋਲ ਬੇਅੰਤ ਗਿਆਨ ਹੈ ਉਹਨਾਂ ਦੇ ਕੋਲ ਜੋਤਸ਼ੀ ਵਿੱਦਿਆ ਦਾ, ਉਹ ਆਪ ਉਹਨਾਂ ਕੋਲ ਆ ਕੇ ਇਸ ਚੀਜ਼ ਦਾ ਜ਼ਰੂਰ ਫਾਇਦਾ ਉਠਾਓ ਤਾਂ ਕਿ ਤੁਹਾਡੀ ਜ਼ਿੰਦਗੀ ਦੇ ਜਿਹੜੀਆਂ ਮੁਸੀਬਤਾਂ ਹਨ ਉਹ ਦੂਰ ਹੋ ਸਕਣ, ਕਿਉਂਕਿ ਇਹ ਜਿਹੜਾ ਵੀ ਉਪਾਅ ਦੱਸਦੇ ਹਨ ਉਹ ਬਹੁਤ ਅੱਛਾ ਔਰ ਲਾਹੇਵੰਦ ਉਪਾਅ ਦੱਸਦੇ ਹਨ ਅਤੇ ਮੈਂ ਬੇਨਤੀ ਕਰਦੀ ਹਾਂ ਕਿ ਆਪ ਵੀ ਇਸ ਗਿਆਨ ਦਾ ਜ਼ਰੂਰ ਫਾਇਦਾ ਲਓ। ਧੰਨਵਾਦ ਜੀ। ਗੱਲ ਕਰਦੇ ਹਾਂ ਜੀ ਅੱਠਮੁਖੀ ਰੁਦਰਾਕਸ਼ ਦੇ ਬਾਰੇ ਜਿਹਨੂੰ ਅਸੀਂ ਗਣੇਸ਼ ਜੀ ਦਾ ਪ੍ਰਤਿਅਕਸ਼ ਅਵਤਾਰ ਮੰਨਦੇ ਹਾਂ। ਇਹਦੀਆਂ ਦੇਵੀਆਂ ਵੀ 8 ਮਾਤਾਵਾਂ ਨੇ। ਇਹਨੂੰ ਧਾਰਨ ਕਰਨ ਵਾਲੇ ਪ੍ਰਾਣੀ ਨੂੰ ਜਿਹੜਾ ਹੈ
ਜੀਵਨ ਪਰ ਅਪਯਸ਼ ਨਹੀਂ ਮਿਲਦਾ। ਅੱਠੇ ਵਸੂ ਤੇ ਗੰਗਾ ਨੂੰ ਪ੍ਰਸੰਨ ਕਰਨ ਵਾਲਾ ਹੈ। ਅੱਠਮੁਖੀ ਰੁਦਰਾਕਸ਼ ਨੂੰ ਸੋਮਵਾਰ ਦੇ ਦਿਨ ਜਿਹੜਾ ਹੈ ਸਵੇਰੇ ਸਵੇਰੇ ਇਸ਼ਨਾਨ ਤੋਂ ਬਾਅਦ ਜਿਹੜਾ ਹੈ ਯਥਾ ਵਿਧੀ ਓਮ ਹਰਾਂ ਗ੍ਰੀ ਲਾਂ ਆ ਸ਼੍ਰੀ ਮੰਤਰ ਦਾ ਜਾਪ ਕਰਕੇ ਪਾ ਸਕਦੇ ਹਾਂ, ਜਾਂ ਫਿਰ ਜਿਹੜਾ ਓਮ ਹੂ ਨਮਾ ਪਾਠ ਦਾ ਜਾਪ ਕਰਨ ਤੋਂ ਬਾਅਦ ਕਾਲੇ ਧਾਗੇ ਵਿੱਚ ਗੁੰਥ ਕੇ ਅਸੀਂ ਧਾਰਨ ਕਰ ਸਕਦੇ ਹਾਂ। ਸੋ ਰੁਦਰਾਕਸ਼ ਜਦੋਂ ਵੀ ਪਾਉਣਾ ਤੁਸੀਂ ਉਦੋਂ ਪਹਿਲਾਂ ਆਪਣਾ ਟੇਵਾ ਜ਼ਰੂਰ ਦਿਖਾਓ, ਜਿਸ ਤੋਂ ਪਤਾ ਲੱਗ ਜਾਏ ਕਿ ਤੁਹਾਡੇ ਕਿਹੜਾ ਰੁਦਰਾਕਸ਼ ਪੈਣਾ। ਫਿਰ ਉਸ ਤੋਂ ਬਾਅਦ ਅਸਲੀ ਤੇ ਸਿੱਧ ਕੀਤਾ ਹੋਇਆ ਰੁਦਰਾਕਸ਼ ਵਿਸ਼ੇਸ਼ ਮੁਹੂਰਤ ਦੇ ਵਿੱਚ ਤੁਸੀਂ ਪਾਓਗੇ ਤਾਂ ਤੁਹਾਨੂੰ ਨਿਸ਼ਚਿਤ ਰੂਪ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਫਲ ਮਿਲ ਸਕਦਾ ਜੀ। ਜੇ ਜਨਮ ਕੁੰਡਲੀ ਦੇ ਵਿੱਚ ਸ਼ਨੀ ਦੀ ਮਾੜੀ ਦ੍ਰਿਸ਼ਟੀ ਦੇ ਕਾਰਨ ਜਾਂ ਮਾੜੀ ਸਥਿਤੀ ਦੇ ਕਾਰਨ ਪਤੀ ਪਤਨੀ ਦੇ ਵਿੱਚ ਤਣਾਅ ਪੈਦਾ ਹੋ ਰਿਹਾ ਤਾਂ ਪਤੀ ਪਤਨੀ ਨੂੰ ਕਾਲੀ ਰਾਈ ਤੇ ਕਾਲਾ ਕੰਬਲ ਜਿਹੜਾ ਹੈ ਕਿਸੇ ਮਹਿਲਾ ਭਿਖਾਰੀ ਨੂੰ ਦਾਨ ਕਰ ਦੇਣਾ ਚਾਹੀਦਾ ਸ਼ਨੀਵਾਰ ਦੇ ਦਿਨ। ਗੱਲ ਇਹ ਕਿ ਬਹੁਤ ਸਾਰੇ ਲੋਕ ਪੁੱਛਦੇ ਆ ਕਿ ਸੁਖਮਿੰਦਰ ਜੀ ਹੀਰੇ ਨੂੰ ਕਿੱਦਾਂ ਅਸੀਂ ਜਾਂਚ ਕਰੀਏ ਵੀ ਅਸਲੀ ਹੈ ਕਿ ਨਕਲੀ ਹੈ। ਜੇ ਤੁਸੀਂ ਬਿਲਕੁਲ ਉਬਲਦੇ ਹੋਏ ਦੁੱਧ ਨੂੰ ਉਤਾਰ ਕੇ ਉਹਦੇ ਵਿੱਚ ਹੀਰਾ ਪਾ ਦਿੰਦੇ ਹੋ ਤਾਂ ਦੁੱਧ ਠੰਡਾ ਹੋ ਜਾਂਦਾ ਹੈ, ਜੇ ਐਸਾ ਨਹੀਂ ਹੁੰਦਾ ਤਾਂ ਹੀਰਾ ਨਕਲੀ ਹੈ। ਜੇ ਗਰਮ ਘਿਓ ਦੇ ਵਿੱਚ ਹੀਰਾ ਰੱਖ ਦੋ ਤਾਂ ਤੁਰੰਤ ਤੋਂ ਜੰਮਣ ਲੱਗ ਜਾਂਦਾ ਹੈ। ਸੋ ਹੀਰੇ ਨੂੰ ਧੁੱਪ 'ਚ ਰੱਖਣ ਦੇ ਨਾਲ ਉਸ 'ਚੋਂ ਇੰਦਰ ਧਨੁਸ਼ੀ ਕਿਰਨਾਂ ਨਿਕਲਣ ਲੱਗ ਜਾਂਦੀ ਹੈ। ਤੋਤਲੇ ਬੱਚੇ ਦੇ ਮੂੰਹ ਦੇ ਵਿੱਚ ਅਸੀਂ ਹੀਰਾ ਰੱਖ ਦਿੰਦੇ ਹਾਂ ਤਾਂ ਤੁਰੰਤ ਤਾਰਾ ਪ੍ਰਵਾਹ ਲਗਾਤਾਰ ਬੋਲਣ ਲੱਗ ਜਾਂਦਾ ਹੈ। ਬਨਾਵਟੀ ਹੀਰੇ ਦੀ ਗੱਲ ਕਰਦੇ ਹਾਂ ਜਿਹੜਾ ਅੱਜ ਕੱਲ੍ਹ ਆਮ ਪ੍ਰਚਲਿਤ ਹੈਗਾ, ਬਾਜ਼ਾਰ ਦੇ ਵਿੱਚ ਚੰਗੀ ਖਾਸੀ ਮਾਤਰਾ ਦੇ ਵਿੱਚ ਵਿਕ ਰਿਹਾ ਹੈ। ਇਹ ਪ੍ਰਚਲਨ ਨਵਾਂ ਨਹੀਂ ਹੈਗਾ ਬਲਕਿ ਪੁਰਾਣੇ ਸਮੇਂ ਤੋਂ ਇਹ ਨਕਲੀ ਹੀਰਾ ਬਣਾਉਣ ਦੀ ਪ੍ਰਥਾ ਪ੍ਰਚਲਿਤ ਰਹੀ ਹੈ। ਗਰੁੜ ਪੁਰਾਣ ਦੇ ਵਿੱਚ ਸਪਸ਼ਟ ਕੀਤਾ ਗਿਆ ਕਿ ਹੀਰੇ ਦੇ ਮੁੱਲ ਤੇ ਸਨਮਾਨ ਨੂੰ ਦੇਖ ਕੇ ਕੁਝ ਚਲਾਕ ਲੋਕ ਜਿਹੜੇ ਨਕਲੀ ਹੀਰੇ ਦੇ ਨਿਰਮਾਣ ਕਾਰਜ ਦੇ ਵਿੱਚ ਲੱਗ ਗਏ। ਸੋ ਐਸੇ ਲੋਕ ਲੋਹਾ, ਪੁਖਰਾਜ, ਗੁਮੇਦ, ਵਧੂਰਿਆ, ਸਫਟਿਕ ਤੇ ਕੱਚ ਦੇ ਨਾਲ ਬਨਾਵਟੀ ਹੀਰਾ ਬਣਾ ਲੈਂਦੇ ਹੈ। ਇਸ ਲਈ ਲੋਕਾਂ ਨੂੰ ਇਹਦੀ ਪ੍ਰੀਖਿਆ ਬਹੁਤ ਹੀ ਢੰਗ ਦੇ ਨਾਲ ਕਰਨੀ ਚਾਹੀਦੀ ਹੈ। ਅਮੂਮਨ ਜਿਹੜਾ ਹੈ ਨਕਲੀ ਹੀਰਾ ਚਾਰ ਤਰ੍ਹਾਂ ਦਾ ਹੁੰਦਾ, ਪਹਿਲਾਂ ਹੈ ਸੰਸ਼ਲਿਸ਼ਟ, ਫਿਰ ਹੈ ਪੁਨਰ ਨਿਰਮਿਤ, ਫਿਰ ਹੈ ਅਨੁਕ੍ਰਤ ਤੇ ਉਸ ਤੋਂ ਬਾਅਦ ਹੈ ਸ਼ਲਕ। ਵਿਵਸਾਇਕ ਦ੍ਰਿਸ਼ਟੀ ਦੇ ਨਾਲ ਲਾਭਦਾਇਕ ਜਿਹੜਾ ਹੈ ਸੰਸ਼ਲਿਸ਼ ਹੀਰਾ ਅੱਜ ਤੱਕ ਨਹੀਂ ਬਣਾਇਆ ਜਾ ਸਕਿਆ। ਸੋ ਇਸ ਪਾਸੇ ਇੱਕ ਵਿਗਿਆਨਿਕ ਜਿਹੜੇ ਨੇ ਉਹ ਕੋਸ਼ਿਸ਼ ਕੀਤੀ ਜਾ ਰਹੇ ਨੇ। ਸੋ ਇਸ ਤਰੀਕੇ ਦਾ ਇੱਕ ਪ੍ਰਯਾਸ ਜਿਹੜਾ ਹੈਗਾ ਸਨ 1955 ਦੇ ਵਿੱਚ ਇੱਕ ਅਮਰੀਕੀ ਕੰਪਨੀ ਜਨਰਲ ਇਲੈਕਟ੍ਰਿਕ ਨੇ ਕੀਤਾ ਸੀਗਾ। ਉਹਨਾਂ ਨੇ ਗ੍ਰੇਫਾਈਟ ਦੇ ਕਣਾਂ ਤੋਂ ਬਨਾਵਟੀ ਹੀਰੇ ਦਾ ਨਿਰਮਾਣ ਕੀਤਾ ਸੀਗਾ। ਸੋ ਐਸੇ ਹੀ ਹੀਰੇ ਜਿਹੜੇ ਨੇ ਇੰਡਸਟਰੀਅਲ ਹੀਰੇ ਦੇ ਰੂਪ ਦੇ ਵਿੱਚ ਪ੍ਰਯੋਗ ਦੇ ਵਿੱਚ ਲਿਆਏ ਜਾਂਦੇ ਨੇ। ਰਤਨੀਆ ਹੀਰੇ ਦੇ ਰੂਪ ਦੇ ਵਿੱਚ ਇਹਦਾ ਕੋਈ ਉਪਯੋਗ ਨਹੀਂ ਹੈਗਾ। ਇੱਦਾਂ ਹੀ ਹੀਰੇ ਦੇ ਉਪਰਤਨ ਦੀ ਗੱਲ ਕਰਦੇ ਹਾਂ ਕਿ ਜਿਹੜਾ ਵਿਅਕਤੀ ਹੀਰਾ ਨਹੀਂ ਖਰੀਦ ਸਕਦਾ ਉਹਨੂੰ ਹੀਰੇ ਦਾ ਉਪਰਤਨ ਪਾ ਲੈਣਾ ਚਾਹੀਦਾ ਹੈ, ਜਿਹਦੀ ਕੀਮਤ ਹੀਰੇ ਤੋਂ ਬਹੁਤ ਹੀ ਘੱਟ ਹੁੰਦੀ ਹੈ। ਇਸ ਲਈ ਇਹ ਘੱਟ ਪ੍ਰਭਾਵਸ਼ਾਲੀ ਹੁੰਦੇ ਹੈ। ਹੀਰੇ ਦੇ ਉਪਰਤਨ ਹੈ ਸਿੰਮਾ, ਫਿਰ ਕੁਰੰਗਾ ਤੇ ਦੰਤਲਾ, ਕੰਸਲਾ ਤੇ ਤੰਕੂ ਹੀਰਾ। ਇੱਦਾਂ ਹੀ ਹੀਰੇ ਦੇ ਅਸੀਂ ਸਬਸਟੀਚਿਊਟਸ ਦੀ ਵੀ ਗੱਲ ਕਰਦੇ ਹਾਂ। ਜਿਹੜਾ ਵਿਅਕਤੀ ਹੀਰਾ ਜਾਂ ਉਪਰਤਨ ਨਹੀਂ ਖਰੀਦ ਸਕਦਾ, 3 ਰੱਤੀ ਤੋਂ ਜ਼ਿਆਦਾ ਵਜ਼ਨ ਦਾ ਸਫੇਦ ਪੁਖਰਾਜ, ਜ਼ਰਕਨ ਜਾਂ ਫਿਰ ਸਫਟਿਕ ਜਾਂ ਸਫੇਦ ਤੁਰਮਲੀ ਪਾ ਸਕਦਾ ਹੈ। ਜਿਹੜੇ ਵਿਅਕਤੀ ਇਹਨੂੰ ਵੀ ਨਹੀਂ ਖਰੀਦ ਸਕਦੇ ਉਹ ਸਫੇਦ ਕ੍ਰਿਸਟਲ ਜਿਹੜਾ ਹੈ ਘੱਟੋ ਘੱਟ 5 ਰੱਤੀ ਦਾ ਚਾਂਦੀ ਦੀ ਅੰਗੂਠੀ ਦੇ ਵਿੱਚ ਧਾਰਨ ਕਰ ਸਕਦੇ ਨੇ। ਸੋ ਮੇਸ਼ ਯਾਨੀ ਕਿ ਏਰੀਅਸ ਰਾਸ਼ੀ ਵਾਲੇ ਅੱਜ ਬਹੁਤ ਵਧੀਆ, ਤੁਹਾਨੂੰ ਅੱਜ ਕੋਈ ਸੁਪਨਾ ਪੂਰਾ ਹੋ ਸਕਦਾ ਹੈ। ਵਰਿਸ਼ ਯਾਨੀ ਕਿ ਟੌਰਸ ਰਾਸ਼ੀ ਵਾਲੇ ਤੁਹਾਡੀ ਬੀਵੀ ਦੇ ਨਾਲ ਝਗੜਾ ਹੋ ਸਕਦਾ, ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਜ਼ਰੂਰ ਕਰੀਓ। ਮਿਥੁਨ ਯਾਨੀ ਕਿ ਜੈਮਨੀ ਰਾਸ਼ੀ ਵਾਲੇ ਵਿਦੇਸ਼ ਤੋਂ ਚੰਗੇ ਸੁੱਖ ਸੁਨੇਹੇ ਆ ਸਕਦੇ ਆ, ਕਰਕੇ ਨਹੀਂ। ਕੈਂਸਰ ਰਾਸ਼ੀ ਵਾਲੇ ਅੱਜ ਤੁਹਾਡੇ ਕਿਸੇ ਮਹਿਲਾ ਮਿੱਤਰ ਦੀ ਮਦਦ ਦੇ ਨਾਲ ਤੁਹਾਡਾ ਬਹੁਤ ਵੱਡਾ ਕੰਮ ਸਿਰੇ ਚੜ੍ਹ ਸਕਦਾ ਹੈ। ਸੋ ਕਰਕੇ ਨਹੀਂ ਕੈਂਸਰ ਰਾਸ਼ੀ ਵਾਲਿਆਂ ਦੇ ਲਈ ਲੰਬੀ ਯਾਤਰਾ ਤੇ ਜਾਣ ਦਾ ਮੌਕਾ ਮਿਲ ਸਕਦਾ ਹੈ। ਸਿੰਘ ਯਾਨੀ ਲਿਓ ਰਾਸ਼ੀ ਵਾਲੇ ਝੂਠੀ ਗਵਾਹੀ ਤੁਹਾਨੂੰ ਦੇਣੀ ਮਹਿੰਗੀ ਪੈ ਸਕਦੀ ਹੈ। ਕੰਨੇ ਯਾਨੀ ਵਰਗੋ ਰਾਸ਼ੀ ਵਾਲੇ ਡਰਾਈਵਿੰਗ ਬਹੁਤ ਧਿਆਨ ਦੇ ਨਾਲ ਕਰਨ, ਸੱਟ ਲੱਗਣ ਦਾ ਡਰ ਹੋ ਸਕਦਾ ਹੈ। ਤੁਲਾ ਯਾਨੀ ਲਿਬਰਾ ਰਾਸ਼ੀ ਵਾਲੇ ਦੁਸ਼ਮਣ ਤੁਹਾਡੇ ਖਿਲਾਫ਼ ਚਾਲਾਂ ਚੱਲ ਸਕਦੇ ਨੇ। ਵਰਿਸ਼ਿਕ ਯਾਨੀ ਸਕੋਰਪੀਓ ਰਾਸ਼ੀ ਵਾਲੇ ਮੀਡੀਆ ਦੇ ਵਿੱਚ ਤੁਹਾਡਾ ਨਾਮ ਬੜੇ ਸਨਮਾਨਿਤ ਤਰੀਕੇ ਨਾਲ ਆ ਸਕਦਾ ਹੈ। ਤੁਹਾਨੂੰ ਯਾਨੀ ਸੈਜੀਟੇਰੀਅਸ ਰਾਸ਼ੀ ਵਾਲੇ ਮਹਿਮਾਨ ਅੱਜ ਤੁਹਾਡੇ ਘਰ ਸਵੇਰੇ ਸਵੇਰੇ ਆ ਕੇ ਜੰਮ ਸਕਦੇ ਨੇ। ਮੱਕਰ ਯਾਨੀ ਕੈਪਰੀਕੋਰਨ ਰਾਸ਼ੀ ਵਾਲੇ ਜਿੱਥੇ ਸ਼ਾਦੀ ਦੀ ਗੱਲਬਾਤ ਚੱਲ ਸਕਦੀ ਹੈ, ਸਿਰੇ ਨਾ ਚੜ੍ਹਨ ਦੇ ਚਾਂਸਿਸ ਨੇ। ਕੁੰਭ ਯਾਨੀ ਇਕਵੇਰੀਅਸ ਰਾਸ਼ੀ ਵਾਲੇ ਮਨਚਾਹੇ ਸਟੱਡੀ ਕੋਰਸਿਸ ਦੇ ਵਿੱਚ ਦਾਖਲਾ ਲੈ ਸਕਦੇ ਆ। ਤੇ ਮੀਨ ਯਾਨੀ ਪਾਈਸਿਸ ਰਾਸ਼ੀ ਵਾਲਿਆਂ ਦੇ ਲਈ ਕਿਸਮਤ ਦਾ ਸਤਾਰਾ ਥੋੜਾ ਜਿਹਾ ਮੱਧਮ ਹੋ ਸਕਦਾ ਹੈ। ਸੋ ਬੜੇ ਦਰਸ਼ਕ ਪੁੱਛਦੇ ਆ ਕਿ ਸੁਖਮਿੰਦਰ ਜੀ ਅਸੀਂ ਆਪ ਆ ਕੇ ਤੁਹਾਨੂੰ ਮਿਲਣਾ ਚਾਹੁੰਦੇ ਆ, ਤਕਦੀਰ ਦਾ ਹਾਲ ਜਾਣਨਾ ਚਾਹੁੰਦੇ ਆ, ਤੁਹਾਡੇ ਤੋਂ ਰਤਨ ਤੇ ਰੁਦਰਾਕਸ਼ ਲੈ ਕੇ ਪਾਉਣਾ ਚਾਹੁੰਦੇ ਆ, ਵਾਸਤੂ ਦਾ ਵਿਜ਼ਿਟ ਕਰਵਾਉਣਾ ਚਾਹੁੰਦੇ ਆ। ਪਿਆਰੇ ਦਰਸ਼ਕੋ, ਇਹ ਸਾਰੀਆਂ ਚੀਜ਼ਾਂ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਸਾਡੇ ਤੋਂ ਸਮਾਂ ਲੈ ਸਕਦੇ ਹੋ। ਸਾਡਾ ਪਤਾ ਨੋਟ ਕਰ ਲਓ, ਜੋਤਿਸ਼ੀ ਸੁਖਮਿੰਦਰ, 30G ਸਰਾਭਾ ਨਗਰ, ਲੁਧਿਆਣਾ, ਪੰਜਾਬ, ਇੰਡੀਆ। ਫੋਨ ਨੰਬਰ 94170205533 ਤੇ 98-726-20-533। ਸਾਡੇ ਇਸ ਪ੍ਰੋਗਰਾਮ ਨੂੰ ਤੁਸੀਂ ਫੇਸਬੁੱਕ ਦੇ ਉੱਤੇ, ਯੂਟਿਊਬ ਦੇ ਉੱਤੇ ਦੇਖ ਸਕਦੇ ਹੋ। ਨਾਲ ਨਾਲ ਅਸੀਂ ਦੱਸ ਦਈਏ ਕਿ ਅਸੀਂ ਜੋਤਿਸ਼ ਸਿਖਾਉਣਾ ਸ਼ੁਰੂ ਕਰ ਦਿੱਤਾ। ਜਿਹੜੇ ਵੀ ਲੋਕ ਇੰਟਰਸਟਿਡ ਨੇ ਆਪਣਾ ਟੇਵਾ ਦਿਖਾ ਕੇ ਸਾਡੇ ਤੋਂ ਪੁੱਛ ਸਕਦੇ ਆ ਕਿ ਅਸੀਂ ਉਹਨਾਂ ਨੂੰ ਜੋਤਿਸ਼ ਸਿਖਾਵਾਂਗੇ ਜਾਂ ਨਹੀਂ, ਤੇ ਫਿਰ ਫੀਸ ਜਿਹੜੀ ਹੈ ਬਾਅਦ ਦੇ ਵਿੱਚ ਦੱਸੀ ਜਾਏਗੀ। ਕੱਲ੍ਹ ਫਿਰ ਮਿਲਾਂਗੇ। ਨਮਸਕਾਰ।